ਖੁਸ਼ ਹੁਣ ਇੱਕ ਚੀਜ਼ ਨੀ ਤੁਹਾਨੂੰ ਮਿਲਦੀ ਪਹਿਲਾਂ ਤੁਹਾਨੂੰ ਕਿੰਨੀਆਂ ਚੀਜ਼ਾਂ ਲਿਆਤੀਆਂ ਹੁਣ ਮੈਂ ਕਿ ਨਹੀਂ ਵੇਖੀਏ ਮੈਨੂੰ ਜਾਪਦਾ ਔਖਾ ਹੀ ਆ ਓਏ ਬਾਹਰੋਂ ਲੈਣੀ ਪੈਣੀ ਆ ਲਓ ਵੀ ਮਿੱਤਰੋ ਕੁਝ ਹਲਕਾ ਫੁਲਕਾ ਖਾ ਲਈਏ ਮੈਂ ਹਾਂ ਮਾੜੀ ਜਿਹੀ ਭੁੱਖ ਲੱਗ ਹੀ ਗਈ ਹੈਂ ਸਹੀ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਜੀ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਣਗੇ ਮਿੱਤਰੋ ਆਪਾਂ ਠੀਕ ਠਾਕ ਹਾਂ ਅਤੇ ਬਸ ਅੱਜ ਚੱਲੇ ਹਾਂ ਸ਼ਹਿਰ ਨੂੰ ਮਾੜਾ ਜਿਹਾ ਕੰਮ ਹੀ ਥੋੜ੍ਹਾ ਜਿਹਾ ਇੱਕ ਦੋ ਕੰਮ ਹੀ ਮੈਂ ਚਲੋ ਕੱਢ ਆਈਏ ਅਤੇ 12 ਵੱਜ ਗਏ ਜੇ ਇੱਧਰ ਮੁੰਡਿਆਂ ਨੇ ਟੋਰ ਸਤਿ ਸ਼੍ਰੀ ਅਕਾਲ ਬਾਰੇ ਸਾਰਿਆਂ ਨੂੰ ਅਤੇ ਥੋੜ੍ਹਾ ਥੋੜ੍ਹਾ ਮੈਨੂੰ ਵੀ ਇਹ ਤਾਇਆ ਭੁੱਲ ਗਿਆ ਤੁਹਾਨੂੰ ਪਤਾ ਕਾਫੀ ਚਿਰ ਪਿੱਛੋਂ ਆਪਾਂ ਵਲੋਗ ਕੰਟੀਨਿਊ ਕੀਤਾ ਵਾ ਅਤੇ ਉਹਦੇ ਕਾਰਨ ਥੋੜ੍ਹਾ ਜਿਹਾ ਅੜਨ ਜਿਹੇ ਹੁੰਦੇ ਹਾਂ ਆਪਾਂ ਵੀ ਅਤੇ ਬਾਕੀ ਕੋਈ ਨਹੀਂ ਕੋਈ ਚੱਕਰ ਨਹੀਂ ਆ ਥੋੜ੍ਹਾ ਜਿਹਾ ਵਾਹਵਾ ਹੀ ਕੰਮ ਨੂੰ ਬਲੋਗ ਨੂੰ ਵਾਹਵਾ ਹੀ ਮੇਰੇ ਸਾਹ ਨਾਲ ਚੇਅਰ ਹੋ ਗਿਆ ਹੋਣਾ ਵਾ 6-7 ਮਹੀਨੇ ਤਾਂ ਹੋ ਹੀ ਗਏ ਹੋਣੇ ਪਾਏ ਨੂੰ ਇੰਨਾ ਹਾਂ ਇਹਦਾ ਲਾਗੇ ਬੰਨੇ ਹੋ ਹੀ ਗਿਆ ਹੋਣਾ ਵਾ ਅਤੇ ਬਾਕੀ ਥੋੜ੍ਹਾ ਜਿਹਾ ਚੱਲੇ ਹਾਂ ਸ਼ਹਿਰ ਨੂੰ ਆਪਣਾ ਥੋੜ੍ਹਾ ਜਿਹਾ ਸ਼ੋਪਿੰਗ ਸ਼ੁਪਿੰਗ ਕਰਨੀ ਸੀ ਜੇ ਇੱਕ ਦੋ ਕੰਮ ਸੀ ਜੇ ਉਹ ਬਣ ਗਏ ਠੀਕ ਆ ਨਹੀਂ ਤਾਂ ਥੋੜ੍ਹੇ ਜਿਹੇ ਮੁੰਡੇ ਨੂੰ ਕੱਪੜੇ ਕੁੱਪੜੇ ਲਿਆ ਦਈਏ ਵਰਦੀ ਸਵਾ ਦਈਏ ਤੁਹਾਨੂੰ ਵਰਦੀ ਹੈਂ ਵਰਦੀ ਤੁਹਾਨੂੰ ਸਵਾ ਦਿੰਦੇ ਹਾਂ ਵੇਖੀ ਭਾਊ ਵੇਖ ਇੱਕ ਮੁੰਡੇ ਨੂੰ ਵਰਦੀ ਸਵਾ ਦਈਏ ਅਤੇ ਜੋ ਜੋ ਅੱਖ ਜਾਊਗਾ ਉਹ ਉਹਨੂੰ ਲਿਆ ਦਾਂਗੇ ਕੀ ਲੈਣਾ ਸੀ ਉਸੇ ਵੀ ਵੇਹਨੇ ਪੱਗ ਪੁੱਗ ਬੰਨੀ ਪੂਰੀ ਆ ਚੈਨ ਇੱਧਰ ਪੱਗ ਪੁੱਗ ਦੇ ਮੋਸ਼ਨ ਨੂੰ ਵਾਟੇ ਕਰੀ ਠੀਕ ਆ ਚਲੋ ਮਿੱਤਰ ਹੁਣ ਜਾ ਕੇ ਪਹਿਲਾਂ ਤਰਨ ਤਰਨ ਕਰਦੇ ਹਾਂ ਟਰਾਈ ਜੇ ਇੱਕ ਦੋ ਚੀਜ਼ ਚੰਗੀ ਮਿਲ ਗਈ ਫਿਰ ਠੀਕ ਆ ਨਹੀਂ ਤਾਂ ਫਿਰ ਅੰਮ੍ਰਿਤਸਰ ਜਾ ਵੜਾਂਗੇ ਅਤੇ ਬਾਕੀ ਪਹੁੰਚਦੇ ਹੌਲੀ ਹੌਲੀ ਓਕੇ 6-7 ਮਹੀਨੇ ਮੇਰੇ ਤੋਂ ਜ਼ਿਆਦਾ ਹੀ ਕਹਿ ਗਿਆ ਕਿ ਵਲੋਗ ਆਏ ਨੂੰ ਹਜੇ ਸਾਰੇ 3 ਕੁ ਮਹੀਨੇ ਹੋਏ ਆ ਤੁਹਾਨੂੰ ਪਤਾ ਕਿ ਇੱਦਾਂ ਲੱਗਦਾ ਜਿੱਦਾਂ ਕਿਤੇ ਟਾਈਮ ਜ਼ਿਆਦਾ ਹੋਇਆ ਹੁੰਦਾ ਵਾ ਪਰ ਹੋਏ ਹਜੇ 3 ਕੁ ਮਹੀਨੇ ਹੀ ਆ ਬਾਕੀ ਕੋਈ ਨਹੀਂ ਮਹਾਰਾਜ ਮਿਹਰ ਰੱਖੇ ਕਿ ਵਲੋਗ ਹੋਣ ਤੁਰੇ ਆਉਣ ਕੁਝ ਚਿਰ ਪਿੱਛੋਂ ਚਲੋ ਰੋਜ਼ ਵਾਲਾ ਕੰਮ ਤਾਂ ਔਖਾ ਵਾ ਬਾਕੀ ਕੁਝ ਚਿਰ ਬਾਅਦ ਵਲੋਗ ਕੋਈ ਨਾ ਕੋਈ 3-4 ਦਿਨਾਂ ਬਾਅਦ ਵਲੋਗ ਕੋਈ ਨਾ ਕੋਈ ਆਉਂਦਾ ਰਹੇ ਬਾਕੀ ਕੋਸ਼ਿਸ਼ ਤਾਂ ਹੁਣ ਇਹੋ ਹੀ ਆ ਕਿ ਹੁਣ ਕੋਈ ਨਾ ਕੋਈ ਵਲੋਗ ਲਈ ਤੁਹਾਡੇ ਲਈ ਪੇਸ਼ ਕਰਦੇ ਰਹੀਏ ਲਓ ਵੀ ਮਿੱਤਰੋ 2-3 ਜਗ੍ਹਾ ਤੁਸੀਂ ਵੇਖ ਲਈ ਜੈਕਟ ਤਾਂ ਮਿਲਣੀ ਰਹੀ ਜੇ ਕਿਉਂਕਿ ਤੁਹਾਨੂੰ ਪਤਾ ਨਾਲੇ ਸੀਜ਼ਨ ਵੀ ਆਊਟ ਜਾਣ ਦਿਆ ਅਤੇ ਤਾਂ ਕਰਕੇ ਇੱਕ ਲੈਣੀ ਜਾਂਦਾ ਹਾਫ ਆ ਇੱਕ ਲੈਣੀ ਵੀ ਥੋੜ੍ਹੀ ਜਾਂਦਾ ਕੰਪਨੀ ਦੀ ਕਿਸੇ ਦੀ ਅਤੇ ਹੁਣ ਚਲੋ ਵੇਖੋ ਸ਼ਾਇਦ ਅੰਮ੍ਰਿਤਸਰ ਜਾਣਾ ਪਊਗਾ ਦੇਖਦੇ ਇੱਕ ਜਗ੍ਹਾ ਵੀ ਟਰਾਈ ਕਰਦੇ 2 ਜਗ੍ਹਾ ਟਰਾਈ ਕਰ ਲਿਆ ਵਾ ਉੱਥੋਂ ਤਾਂ ਮਿਲੀ ਨਹੀਂ ਬਣੀ ਨਹੀਂ ਗੱਲ ਅਤੇ ਹੁਣ ਬਾਕੀ ਆਪਾਂ ਇੱਕ ਰਹਿ ਗਈ ਉਹ ਵੀ ਟਰਾਈ ਕਰਕੇ ਅਤੇ ਫਿਰ ਆਪਾਂ ਅੰਮ੍ਰਿਤਸਰ ਵੇਨੇ ਜਾਣ ਦਾ ਲਓ ਵੀ ਮਿੱਤਰੋ ਗੱਲ ਬਣੀ ਨਹੀਂ ਹੁਣ ਚੱਲਦੇ ਹਾਂ ਅੰਮ੍ਰਿਤਸਰ ਅਤੇ ਹੁਣ ਉੱਥੇ ਜਾ ਕੇ ਵੇਨੇ ਆ 1-2 ਚੀਜ਼ਾਂ ਜੇ ਬਣਦੀ ਗੱਲ ਠੀਕ ਆ ਨਹੀਂ ਤਾਂ ਇਹਨੂੰ ਫਿਰ ਕਿਤੋਂ ਬਾਹਰੋਂ ਲੈ ਦਿੰਦੇ ਹੋਰ ਕੀ ਆ ਬਾਹਰੋਂ ਲੈ ਸੀ ਕਿਤੋਂ ਬਾਹਰੋਂ ਲੈਣੀ ਕਿਤੇ ਬਾਹਰੋਂ ਲੈ ਲਈਏ ਦਾਦਾ ਨਹੀਂ ਆ ਹੈਂ ਹੁਣ ਮਿੱਤਰੋ ਚੱਲਦੇ ਹਾਂ ਆਪਾਂ ਆਊਟਲੈਟ ਚੱਲਦੇ ਹਾਂ ਕੋਈ ਨਾ ਕੋਈ ਬ੍ਰਾਂਡ ਦੀ ਦੇਖਦੇ ਹਾਂ ਜੇ ਇਹਦੇ ਬਣ ਗਈ ਗੱਲ ਠੀਕ ਆ ਨਹੀਂ ਤਾਂ ਫਿਰ ਬਾਹਰੋਂ ਲੈ ਲਈਏ ਇਹਨੂੰ ਆ ਗਏ ਭਾਊ ਜੀ ਆ ਗਏ ਇੱਧਰ ਹੀ ਆ ਗਏ ਹਾਂ ਲਓ ਵੀ ਮਿੱਤਰੋ ਆਊਟਲੈਟ 'ਤੇ ਪਹੁੰਚ ਗਏ ਜੀ ਆਊਟਲੈਟ 'ਤੇ ਵਿਹਲ ਪਿਆ ਜੀ ਸ਼ਾਮੀ ਰੌਣਕ ਹੁੰਦੀ ਇੱਥੇ ਥੋੜ੍ਹੀ ਬਹੁਤੀ ਨਹੀਂ ਕਦੀ ਕਦੀ ਤਾਂ ਕਾਫੀ ਰੌਣਕ ਹੁੰਦੀ ਆ ਅਤੇ ਬਾਕੀ ਆਪਾਂ ਨੂੰ 1-2 ਬ੍ਰਾਂਡ ਦਾ ਪਤਾ ਕਿ ਉੱਥੋਂ ਜੈਕਟ ਮਿਲ ਹੀ ਜਾਣੀ ਵਧੀਆ ਆਪਾਂ ਸਿੱਧਾ ਉੱਥੇ ਹੀ ਜਾਂਦੇ ਹਾਂ ਪਹਿਲਾਂ ਤਾਂ ਮਿੱਤਰੋ ਇੰਨਾ ਕੀ ਸੀ ਅਤੇ ਹੁਣ ਤਾਂ ਪਿੱਛੇ ਕਾਫੀ ਜ਼ਿਆਦਾ ਬਣ ਗਿਆ ਅਜੇ ਬਣੀ ਜਾਂਦਾ ਉਹ ਪਿੱਛੇ ਤੱਕ ਜੇ ਮਿੱਤਰੋ ਅਤੇ ਆਪਾਂ ਜਿਹੜੀ ਉਹ ਚੀਜ਼ ਲੈਣੀ ਆ ਲਈਏ ਅਤੇ ਚੱਲੀਏ ਪਿੰਡ ਨੂੰ ਕੰਮ ਆ ਪਿੰਡ ਵੀ 1-2 ਫਿਰ ਨਾ ਹੋ ਗਈ ਇੱਕ ਬੰਨੇ ਫਿਰ ਨਾ ਹੋ ਗਈ ਹੁਣ ਚੱਲ ਚੱਲੀਏ ਗੱਡੀ ਲੱਗੀ ਰਹਿੰਦੀ ਇਸੇ ਅਤੇ ਗਾਣੇ ਸ਼ਾਣੇ ਲੱਗੇ ਪੂਰੇ ਘੈਂਟ ਅਤੇ ਬਾਕੀ ਹੁਣ 2-3 ਹੈਗੇ ਉੱਥੋਂ ਵੇਖੀਏ ਮੈਨੂੰ ਜਾਪਦਾ ਔਖਾ ਹੀ ਆ ਓਏ ਬਾਹਰੋਂ ਲੈਣੀ ਪੈਣੀ ਜਿੱਥੇ ਵੀ ਜਾਈਦਾ 1-2 ਪੀਸ ਹੁੰਦੇ ਆ ਕੀ ਆ ਹੱਸੀ ਜਾਂਦਾ ਮਾਮਾ ਵੇਖਦਾ ਨਹੀਂ ਦੱਸ ਉਹ ਗੱਲ ਉਹ ਵੇਖ ਲਾ ਇੱਕ ਉਹ ਵੀ ਹੈਗੇ ਪੀਸ ਕਿਉਂ ਬਟਨਾ ਨਹੀਂ ਲੈਣੀ ਆ ਜੇ ਪਲੀ ਆ ਗੱਲ ਬਣ ਨਹੀਂ ਰਹੀ ਮੁੰਡੇ ਨੂੰ ਦਾਦਾ ਨਹੀਂ ਆ ਗੱਲ ਮੈਂ ਬਣ ਨਹੀਂ ਰਹੀ ਤੂੰ 1-2 ਵੇਹਨੇ ਆ ਫਿਰ ਚੈੱਕ ਕਰਦੇ ਹਾਂ ਹੈ ਮੁੰਡਿਆ ਫੜ ਲਓ ਸੌਦਾ ਖੁਸ਼ ਹੁਣ ਇੱਕ ਚੀਜ਼ ਨਹੀਂ ਤੁਹਾਨੂੰ ਮਿਲਦੀ ਪਹਿਲਾਂ ਤੁਹਾਨੂੰ ਕਿੰਨੀਆਂ ਚੀਜ਼ਾਂ ਲਿਆਤੀਆਂ ਹੁਣ ਮੈਂ ਕਿ ਨਹੀਂ ਚੱਲੀਏ ਚੱਲ ਚੱਲੀਏ ਜਵਾਨਾ ਖੁਸ਼ ਹੁਣ ਦਾਦਾ ਨਹੀਂ ਆ ਇੱਕ ਚੀਜ਼ ਨਹੀਂ ਤੁਹਾਨੂੰ ਮਿਲਦੀ ਪਹਿਲਾਂ ਤੁਹਾਨੂੰ ਕਿੰਨੀ ਚੀਜ਼ਾਂ ਲਿਆਤੀਆਂ ਜੀ ਲੈ ਤੌਲੀਏ ਤੁਹਾਨੂੰ ਗਿਫਟ ਮਿਲ ਗਏ ਨਾਲ ਨੂੰ ਗਿਆ ਤੌਲੀਏ ਨਾਲ ਮਾਨ ਹੈ ਜੈਕਟ ਚੱਲ ਚੱਲੀਏ ਜਵਾਨਾ ਚੱਲ
ਬੜਾ ਟਾਈਮ ਹੋ ਗਿਆ ਜੀ ਹੁਣ, ਹਜੇ ਆਪਾਂ ਨੂੰ ਕੰਮ ਇੱਕ ਦੋ ਹੋ ਰਿਹਾ। ਸੀਟ 'ਤੇ ਰੱਖ ਲਾ, ਸੀਟ 'ਤੇ ਰੱਖ ਲਾ ਇਹਨੂੰ। ਕੀ ਰੀਲ ਬਣਾਉਣੀ ਆ? ਇੱਕ ਤਾਂ ਮੁੰਡੇ ਨੂੰ ਰੀਲਾਂ ਦਾ ਬੜਾ ਸ਼ੌਂਕ ਆ ਕਿ ਨਹੀਂ? ਲਿਆ ਬਣਾ ਕੇ ਦਵਾਂ, ਲਿਆ ਬਣਾ ਹੋਰ ਕਰ, ਲਿਆ ਕਿੱਥੋਂ ਬਣਾਉਣੀ ਆ? ਚਾਬੀ ਕੱਢ ਲਾ, ਬੜੇ ਪਖੰਡ ਕਰਦਾ ਥੱਲੇ ਪੁੱਛ ਆ। ਕਿੱਦਾਂ ਬਣਾਉਣੀ ਆ? ਸਮਾਰ ਆ ਦੀਦੀ, ਆਇਓ ਰੱਬਾ ਮੇਰੇ ਆ। ਚੱਲ ਚਾਬੀ ਨਾ ਖੁੱਲਣੀ ਹੂੰ, ਚੱਲ ਕਹਿਣ ਜਾਣਾ ਵਾ, ਸਿੱਧਾ ਕਹਿਣ ਚੱਲ ਚੱਲ। ਜਿੱਦਾਂ ਦਾਦੀ ਮੈਨੂੰ ਕਦੋਂ ਸਟਾਰਟ ਕਰਨੀ, ਮੈਂ ਸਟਾਰਟ ਕਰ ਦੂੰਗਾ। ਚੱਲ ਲਾਇਆ ਕਰਤੀ ਉਹ ਬੰਦ, ਚੱਲ ਇਹ ਜੋੜੂ ਨਾ ਫਿਰ ਵੀਡੀਓ। ਇਹ ਕਿਹੜਾ ਪੱਧਰਾ, ਲੋਕ ਖੋਲ, ਅਨਲੋਕ ਕਰ ਚਾਬੀ ਤੋਂ ਆ। ਠੀਕ ਖੁਸ਼ ਆ, ਚੱਲੀਏ ਚੱਲ ਚੱਲੀਏ। ਓਹੋ ਵੀਡੀਓ ਬੰਦ ਕੀਤੀ ਨਹੀਂ ਆ। ਲਓ ਵੀ ਮਿੱਤਰੋ, ਸ਼ੋਪਿੰਗ ਕਰਕੇ ਹੁਣ ਵਿਹਲੇ ਹੋਏ ਜੇ। ਇੱਕ ਤੁਹਾਨੂੰ ਪਤਾ ਚੀਜ਼ ਚੂਜ਼ ਪਸੰਦ ਪਸੰਦ ਘੱਟ ਹੀ ਸੁੱਖਣਾ, ਚੀਜ਼ ਵੇਖ ਵੂਖ ਕੇ ਮਹਾਂ ਪਸੰਦ ਆਉਂਦੀ ਆ, ਅਤੇ ਫਿਰ ਆਪਾਂ ਨੂੰ ਥੋੜ੍ਹੀ ਜਿਹੀ ਇੱਕ ਚੀਜ਼ਾਂ ਲਈਆਂ, ਅਤੇ ਫਿਰ ਆਪਣਾ ਜਦੋਂ ਨੰਬਰ ਪਾਇਆ ਤਾਂ ਫਿਰ ਔਫਰਾਂ ਨਿਕਲ ਆਈਆਂ ਹੋਰ, ਕਿਉਂਕਿ ਮੈਂ ਪਹਿਲਾਂ ਵੀ ਸ਼ੋਪਿੰਗ ਕਰਦਾ ਰਿਹਾ ਇਹਨਾਂ ਤੋਂ, ਅਤੇ ਤਾਂ ਕਰਕੇ ਔਫਰ ਔਫਰ ਆਪਾਂ ਨੂੰ ਹੋਰ ਮਿਲ ਗਈ, ਅਤੇ ਫਿਰ ਆਪਾਂ ਦੋ ਤਿੰਨ ਚੀਜ਼ਾਂ ਹੋਰ ਲੈ ਲਈਆਂ, ਤਾਂ ਜ਼ਿਆਦਾ ਟਾਈਮ ਲੱਗ ਗਿਆ, ਅਤੇ ਹੁਣ 2 ਵੱਜ ਗਏ ਜੀ, ਅਤੇ ਹੁਣ ਜਾਣਾ ਤਾਂ ਨਹੀਂ ਸ਼ਹਿਰ ਨੂੰ। ਹੁਣ ਖਾਣਾ ਬਣਾਇਆ, ਖਾਣਾ ਕੀ ਆ, ਭੁੱਖ ਨਹੀਂ ਲੱਗੀ ਵੈਸੇ, ਅਤੇ ਚੱਲ ਵੇਖ ਲੈਂਦੇ ਹਾਂ ਹਿਸਾਬ ਕਿਤਾਬ, ਭੁੱਖ ਜੀ ਤਾਂ ਲੱਗੀ ਨਹੀਂ ਆ। ਅਤੇ ਬਾਕੀ ਲਓ ਵੀ ਮਿੱਤਰੋ, ਕੁਝ ਹਲਕਾ ਫੁਲਕਾ ਖਾ ਲਈਏ, ਮੈਂ ਹਾਂ ਮਾੜੀ ਜਿਹੀ ਭੁੱਖ ਲੱਗ ਹੀ ਗਈ ਹੈ, ਸਹੀ ਆ। ਖਾਣਾ ਪੀਣਾ ਹੋਰ ਕੋਈ ਕਿ ਨਹੀਂ, ਬਸ ਵਿਹਲਾ ਖਾਣਾ ਕੋ, ਅਤੇ ਆਪਣਾ ਤਾਂ ਕੰਮ ਫੁੱਲ ਹੀ, ਹੋਰ ਹੁਣ ਹੁਣ ਤਾਂ ਨਹੀਂ ਕਰਨੀ ਸ਼ੋਪਿੰਗ ਕੋਈ, ਬਸ ਮੁੱਕ ਗਏ ਪੈਸੇ। ਨਹੀਂ ਨਹੀਂ ਠੀਕ ਆ, ਅਤੇ ਵਾਧੂ ਵਾਧੂ ਲਿਆਤੀ ਤੈਨੂੰ ਵਰਤੀਆਂ, ਬਹੁਤ ਨੂੰ ਵਰਤੀਆਂ ਬਣਾਤੀਆਂ। ਵੇਹ ਰਾਣੀ ਲੱਗੀ, ਚਮਕਦੀ ਨਹੀਂ ਵੀਲ ਜਿਹੜੀ, ਤੈਨੂੰ ਪਤਾ ਘਰੇ ਗੱਡੀ ਧੋਤੀ ਹੋਵੇ ਨਾ ਉਹਦੇ ਨਾਲ ਦੀ ਗੱਲ ਨਹੀਂ ਬਣਦੀ ਕਿ ਨਹੀਂ? ਘਰੇ ਬੰਦਾ ਰੀਹ ਲਾਉਂਦਾ, ਖਪਾਈ ਖਾਣਾ ਜ਼ਿਆਦਾ ਪੀਂਦਾ ਘਰੇ, ਗੱਲ ਨਹੀਂ ਹੋਰ ਕੋਈ, ਅਤੇ ਬਾਕੀ ਤਾਂ ਗੱਡੀ ਦੇ ਘਰੇ ਰਹਿਣ ਘੰਟ ਧੁੱਪ ਜਾਂਦੀ। ਫਿਰ ਅਸੀਂ ਧੋਤੀ, ਦੋਵਾਂ ਨੇ ਧੋਤੀ ਸੀ ਘਰੇ ਗੱਡੀ ਦੇ, ਤਾਂ ਕਰਕੇ ਇਹ ਪੁਲਿਸ਼ ਕੰਮ ਮਾਰਦੇ ਅਜੇ ਵੀ। ਮਿੱਤਰੋ ਲਾਈਕ ਲੂਇਕ ਕਰਦਿਆ ਕਰੋ, ਅਤੇ ਕਮੈਂਟ ਵੀ ਕਰਦਿਆ ਕਰੋ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਅਤੇ ਸ਼ੇਅਰ ਸ਼ੁਰੂ ਵੀ ਕਰਦਿਆ ਕਰੋ ਵੀਡੀਓ ਮਿੱਤਰੋ। ਅਤੇ ਬਾਕੀ ਹੁਣ ਵਲੋਗ ਆਪਣੇ ਚਲੋ ਸੁੱਖਣਾ ਆਉਂਦੇ ਰਹਿਣਗੇ, ਕੁਝ 3 ਦਿਨਾਂ ਪਿੱਛੋਂ ਆ ਗਏ, 4 ਦਿਨ ਪਿੱਛੋਂ ਆ ਗਏ, ਅਤੇ ਕੋਈ ਨਾ ਕੋਈ ਅਪਡੇਟ ਕਰਦੇ ਰਹਿ ਕਰਾਂਗੇ, ਅਤੇ ਵਾਹਵਾ ਕੰਮ ਢਲਾਇਆ ਪੈ ਗਿਆ ਜੀ। ਲਓ ਵੀ ਮਿੱਤਰੋ, ਕੱਪੜੇ ਕੁਪੜੇ ਲੈ ਕੇ ਆ ਗਏ ਹਾਂ ਘਰੇ, ਅਤੇ ਸ਼ਾਮੀ, ਅਤੇ ਸ਼ਾਮੀ ਫਿਰ ਵਲੋਗ ਬਣਿਆ ਹੀ ਨਹੀਂ ਆਪਣੇ ਤੋਂ, ਅਤੇ ਵਲੋਗ ਤਾਂ ਵੈਸੇ ਬਣਾਇਆ ਸੀ ਦੋਵਾਂ ਦਿਨਾਂ ਦਾ ਇਕੱਠਾ ਹੀ, ਮੈਂ ਚਲੋ ਇਕੱਠਾ ਪਾ ਦਾਂਗੇ, ਫਿਰ ਜਦੋਂ ਮੈਂ ਕਿਹਾ ਐਡੀਟਿੰਗ ਕਰਨੇ ਆ ਤਾਂ ਮੈਂ ਚਲੋ ਵੱਖਰਾ ਵੱਖਰਾ ਪਾ ਦਾਂਗੇ, ਅਤੇ ਬਾਕੀ ਹੁਣ ਮਿਲਦੇ ਹਾਂ ਇੱਕ ਨਵੀਂ ਵੀਡੀਓ 'ਚ। ਓਕੇ ਬਾਏ, ਟਾਟਾ।